ਦੋਸਤੋ ਅੱਜ ਤੁਹਾਨੂੰ ਅਸੀਂ ਕੰਬਰ ਦੇ ਬਾਰੇ ਵਿੱਚ ਦੱਸਨੇ ਆ ਕਿ ਜਿਹੜੀ ਇਨਸਾਨ ਦੀ ਇਹ ਡਿਸਕ ਜਿਸੜੇ ਖਰਾਬ ਹੋ ਜਾਂਦੀ ਉਹਨੂੰ ਆਖਦੇ ਨੇ ਇੱਕ ਮੋਰਾ ਹੀ ਲਿਆਂਦਾ ਔਰ ਕੰਬਰ ਤੋਟ ਕੇ ਨਹੀਂ ਬੈਠ ਸਕਦਾ ਬੰਦਾ ਇਹ ਬਹੁਤ ਦਰਦ ਹੁੰਦੀ ਹੈ ਇਹਦਾ ਇਲਾਜ ਵੀ ਬਿਲਕੁਲ ਆਸਾਨ ਹੈ ਔਰ ਬੜਾ ਬੜਾ ਪੈਸਾ ਇਸ ਦੁਨੀਆ ਲਾ ਚੁੱਕੀ ਹੈ ਤੇ ਦਵਾਈ ਤੁਸੀਂ ਆਪਣੇ ਘਰ ਵਿੱਚ ਤਿਆਰ ਕਰ ਸਕਦੇ ਇਹ ਤੁਸੀਂ ਇਸ ਤਰ੍ਹਾਂ ਕਰਨਾ ਹੈ ਸਾਡੇ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦਾ ਬਟਨ ਦਬਾਓ ਤਾਕ ਸਾਡੀ ਹਰ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ WhatsApp ਦੇ ਅੰਦਰ ਸਾਡਾ ਨੰਬਰ ਚੱਲਦਾ ਹੈ 0341 4882955 ਤੋਂ ਇਹ ਇਸ ਤਰ੍ਹਾਂ ਤਿਆਰ ਕਰਨੀ ਹੈ ਕਿ ਸਖ ਸੁਗਰੂ ਤੁਸੀਂ ਲੈ ਲੈਣਾ ਹੈ ਤਕਰੀਬਨ 200 ਗ੍ਰਾਮ 200 ਗ੍ਰਾਮ ਸਖ ਸੁਗਰੂ ਇੱਕ ਦੇ ਰਕ ਦੀ ਛੇਲਣ ਦੀ ਸਖ ਹੁੰਦਾ ਪੰਸਾਰ ਤੋਂ ਮਿਲ ਜਾਂਦਾ ਉਹ 200 ਗ੍ਰਾਮ ਤੁਸੀਂ ਲੈ ਲੈਣਾ ਸਸਤਾ ਹੈ ਮਹਿੰਗਾ ਵੀ ਨਹੀਂ ਹੈ 5 ਕਿਲੋ भैंस ਦਾ ਦੁੱਧ ਲੈ ਲੈਣਾ ਜਾਂ ਗਾਏ ਦਾ ਬਿਹਤਰ ਹੈ ਸਭ ਤੋਂ भैंस ਦਾ ਦੁੱਧ ਲਿਆ 5 ਕਿਲੋ ਔਰ ਕਿਸੇ ਕੜਾਈ ਮੇਂ ਢਾਲ ਦੇ ਇਹ ਜਿਹੜਾ ਸਖ ਸੰਗਰੂ ਦੇਸੀ ਕੱਪੜੇ ਵਿੱਚ ਤੁਸੀਂ ਇਹਦੀ ਛੋਟੀ ਜੀ ਗੰਢ ਦੇ ਕੇ ਕੱਪੜੇ ਦੇ ਨਾਲ ਬੰਨ ਕੇ ਵਿੱਚ ਰੱਖਦੇ ਨਾ ਤੁਸੀਂ ਇਹਨੂੰ ਆਸ ਆਸ ਆਗ ਤੇ ਪੱਕੀ ਜਾਣ ਦੇਣਾ ਜਿਸ ਟਾਈਮ ਤੁਹਾਡਾ 1 ਕਿਲੋ ਦੁੱਧ ਬਾਕੀ ਰਹਿ ਜਾਵੇ ਉਸ ਟਾਈਮ ਉਹ ਕਪੜਾ ਦਾ ਜਿਹੜਾ ਸੱਕ ਸੰਗਰੂ ਜਿੰਦੇ ਵਿੱਚ ਬਨਿਆ ਹੈ ਉਹ ਬਾਹਰ ਕੱਢ ਲੈਣਾ। ਔਰ ਇਹਦੇ ਵਿੱਚ 1 ਕਿਲੋ ਦੇਸੀ ਘਿਓ ਪਾ ਲੈਣਾ। ਇਹਦੇ ਵਿੱਚ 1 ਕਿਲੋ ਦੇਸੀ ਘਿਓ ਪਾ ਕੇ ਨੂੰ ਆਸਤਾ ਆਸਤਾ ਤੁਸੀਂ ਪੱਕੀ ਜਾਂਦੇ ਲੈ। ਇਹ ਬਿਲਕੁਲ ਇਸਰ ਹੋ ਜਾਏਗਾ ਜਿਸ ਤਰ੍ਹਾਂ ਹਲਵਾ ਹੁੰਦਾ ਹੈ। ਮਜਮੂਨ ਦਾ ਬਣ ਜਾਏਗਾ। ਉਸ ਤੋਂ ਬਾਅਦ ਦੋਸਤੈ ਨੂੰ ਉਤਾਰ ਕੇ ਕਿਸੇ ਵੀ ਡੱਬੇ ਵਿੱਚ ਤੁਸੀਂ ਪਾ ਕੇ ਰੱਖ ਲੋ। ਇਤਿਆਤ ਨਾਲ। ਔਰ ਆਦ ਨੂੰ ਪੈਣ ਲੱਗਿਆ ਤੁਸੀਂ ਇੱਕ ਚਮਚੇ ਦਾ ਖਾ ਲੋ ਸਵੇਰ ਵੀ ਖਾਣੇ ਤੋਂ ਬਾਅਦ ਤੁਸੀਂ ਇੱਕ ਚਮਚੇ ਦਾ ਖਾ ਲੋ ਚੰਗ ਦਿਨ ਦੇ ਵਿੱਚ ਇਨਸ਼ਾਅੱਲਾ ਤੁਹਾਡੀ ਜਿੰਨੀ ਵੀ ਕਮਰ ਦਰਦ ਹੈ ਉਹ ਤੁਸੀਂ ਇਹਦੇ ਤੋਂ ਬਿਲਕੁਲ ਠੀਕ ਹੋ ਜਾਓਗੇ ਔਰ ਬਹੁਤ ਅੱਛਾ ਬਹੁਤ ਕਾਮਯਾਬ ਨਸਕਾ ਹੈ ਹਰ ਬੰਦਾ ਇਨਸਾਨ ਆਪਣੇ ਘਰ ਵਿੱਚ ਬਣਾ ਕੇ ਖਾ ਸਕਦਾ ਹੈ ਅਗਲੇ ਵੀਡੀਓ ਤੱਕ ਦੋਸਤੋ ਇਜਾਜ਼ਤ ਦਿਓ ਅੱਲਾ ਹਾਫਿਜ਼